ਤਾਂ ਦੱਸ ਦਿਓ ਕਿ ਦੋ ਟਰਾਲਿਆਂ ਦਾ ਭਿਆਨਕ ਹਾਦਸਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਟੱਕਰ ਤੋਂ ਬਾਅਦ ਇੱਕ ਟਰਾਲਾ ਸੜਕ ਦੇ ਕਿਨਾਰੇ ਜਾ ਕੇ ਪਲਟ ਜਾਂਦਾ ਹੈ ਅਤੇ ਉਸਦਾ ਸਾਰਾ ਸਮਾਨ ਉੱਥੇ ਹੀ ਖਿਲਰ ਜਾਂਦਾ ਹੈ, ਜਦਕਿ ਦੂਸਰਾ ਟਰੱਕ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ। ਦੱਸ ਦੇ ਕਿ ਅਬੋਹਰ ਤੋਂ 25 ਕਿਲੋਮੀਟਰ ਦੂਰ ਪਿੰਡ ਰਾਮਪੁਰਾ ਦੇ ਕੋਲ ਦੇਰ ਰਾਤ ਦੋ ਟਰਾਲਿਆਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਹੈ, ਜਿਸ ਦੇ ਚੱਲਦੇ ਇੱਕ ਟਰਾਲਾ ਸੜਕ ਦੇ ਕਿਨਾਰੇ ਪਲਟ ਜਾਂਦਾ ਹੈ, ਜਦਕਿ ਦੂਸਰਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ। ਉੱਥੇ ਟਰਾਲੇ ਦੇ ਵਿੱਚ ਸਵਾਰ ਇੱਕ ਚਾਲਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਅਬੋਹਰ ਵੱਲੋਂ ਟਰਾਲਾ ਹਨੂੰਮਾਨਗੜ੍ਹ ਵੱਲ ਆ ਰਿਹਾ ਸੀ, ਜਦਕਿ ਦੂਸਰੇ ਪਾਸੇ ਹਨੂੰਮਾਨਗੜ੍ਹ ਤੋਂ ਇੱਕ ਹੋਰ ਟਰਾਲਾ ਸਮਾਨ ਭਰ ਕੇ ਸ਼ਹਿਰ ਵੱਲ ਆ ਰਿਹਾ ਸੀ, ਤਾਂ ਰਸਤੇ ਦੇ ਵਿੱਚ ਦੋਨਾਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋ ਜਾਂਦੀ ਹੈ, ਜਿਸ ਦੇ ਚੱਲਦੇ ਟਰਾਲੇ ਦੇ ਵਿੱਚ ਸਵਾਰ ਟਰੱਕ ਚਾਲਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਆਸ ਪਾਸ ਦੇ ਲੋਕਾਂ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਡਾਕਟਰਾਂ ਨੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਵਿੱਚ ਰੈਫਰ ਕਰ ਦਿੱਤਾ। ਉਧਰ ਘਟਨਾ ਦੀ ਸੂਚਨਾ ਮਿਲਣ ਤੇ ਸਵੇਰੇ ਪੁਲਿਸ ਦੀ ਟੀਮ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ। ਰਾਤ ਕਰੀਬ 2:30 ਵਜੇ ਦੇ ਦੋਨੋਂ ਗੱਡੀਆਂ ਆਮਣੇ ਸਾਹਮਣੇ ਭਿੜੀਆਂ ਤੇ ਡਰਾਈਵਰ ਦੇ ਚੋਟ ਆਈ ਹੈ, ਉਹਨੂੰ ਰੈਫਰ ਕਰਤਾ ਫਰੀਦਕੋਟ ਦਾ। ਸਟੇਟਮੈਂਟ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ ਵੀ ਕੀ ਕਿਵੇਂ ਹੋਇਆ। ਦੋਨੋਂ ਗੱਡੀ, ਇੱਕ ਗੱਡੀ ਭਰੀ ਵੀ ਸੀ ਖਾਦ ਦੀ, ਉਹ ਪਲਟ ਗਈ ਹੈ, ਦੂਜੀ ਉਸ ਪਾਸੇ ਜਾ ਪਈ ਥੱਲੇ। ਜਿਹੜੀ ਗੱਡੀ ਭਰੀ ਵੀ ਹੈ ਇਹ ਹਨੂੰਮਾਨਗੜ੍ਹ ਤੋਂ ਆ ਰਹੀ ਸੀ, ਜੋ ਖਾਲੀ ਟਰਾਲਾ ਵਿੱਚ ਵੱਜਿਆ ਉਹ ਹਬੋਰ ਤੋਂ ਹਨੂੰਮਾਨਗੜ੍ਹ ਜਾ ਰਿਹਾ ਸੀਗਾ। ਇੱਕ ਡਰਾਈਵਰ ਹੀ ਹੈ ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਫਿਰੋਜ਼ਪੁਰ ਲਿਖਿਆ ਐਡਰੈਸ। ਸਾਡੇ ਕੋਲ ਇੱਕ ਜਸਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਮਰੀਜ਼ ਆਏ ਸੀ, ਦੋ ਟਰੱਕ ਦਾ ਐਕਸੀਡੈਂਟ ਹੋਇਆ ਸੀ ਅਤੇ ਅਸੀਂ ਇੱਥੇ ਇਹਨਾਂ ਦਾ ਇਲਾਜ ਕਰਕੇ ਫਰੀਦਕੋਟ ਰੈਫਰ ਕਰਤਾ। ਤਾਂ ਦੱਸ ਦੇ ਕਿ ਦੋ ਟਰਾਲਿਆਂ ਦਾ ਭਿਆਨਕ ਹਾਦਸਾ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਟੱਕਰ ਤੋਂ ਬਾਅਦ ਇੱਕ ਟਰਾਲਾ ਸੜਕ ਦੇ ਕਿਨਾਰੇ ਜਾ ਕੇ ਪਲਟ ਜਾਂਦਾ ਹੈ ਅਤੇ ਉਸਦਾ ਸਾਰਾ ਸਮਾਨ ਉੱਥੇ ਹੀ ਖਿਲਰ ਜਾਂਦਾ ਹੈ, ਜਦਕਿ ਦੂਸਰਾ ਟਰੱਕ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ। ਦੱਸ ਦੇ ਕਿ ਅਬੋਹਰ ਤੋਂ 25 ਕਿਲੋਮੀਟਰ ਦੂਰ ਪਿੰਡ ਰਾਮਪੁਰਾ ਦੇ ਕੋਲ ਦੇਰ ਰਾਤ ਦੋ ਟਰਾਲਿਆਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਹੈ, ਜਿਸ ਦੇ ਚੱਲਦੇ ਇੱਕ ਟਰਾਲਾ ਸੜਕ ਦੇ ਕਿਨਾਰੇ ਪਲਟ ਜਾਂਦਾ ਹੈ, ਜਦਕਿ ਦੂਸਰਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ। ਉੱਥੇ ਟਰਾਲੇ ਦੇ ਵਿੱਚ ਸਵਾਰ ਇੱਕ ਚਾਲਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਸਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਅਬੋਹਰ ਵੱਲੋਂ ਟਰਾਲਾ ਹਨੂੰਮਾਨਗੜ੍ਹ ਵੱਲ ਆ ਰਿਹਾ ਸੀ, ਜਦਕਿ ਦੂਸਰੇ ਪਾਸੇ ਹਨੂੰਮਾਨਗੜ੍ਹ ਤੋਂ ਇੱਕ ਹੋਰ ਟਰਾਲਾ ਸਮਾਨ ਭਰ ਕੇ ਸ਼ਹਿਰ ਵੱਲ ਆ ਰਿਹਾ ਸੀ, ਤਾਂ ਰਸਤੇ ਦੇ ਵਿੱਚ ਦੋਨਾਂ ਦੀ ਆਪਸ ਦੇ ਵਿੱਚ ਜ਼ੋਰਦਾਰ ਟੱਕਰ ਹੋ ਜਾਂਦੀ ਹੈ, ਜਿਸ ਦੇ ਚੱਲਦੇ ਟਰਾਲੇ ਦੇ ਵਿੱਚ ਸਵਾਰ ਟਰੱਕ ਚਾਲਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਆਸ ਪਾਸ ਦੇ ਲੋਕਾਂ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਡਾਕਟਰਾਂ ਨੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਵਿੱਚ ਰੈਫਰ ਕਰ ਦਿੱਤਾ। ਉਧਰ ਘਟਨਾ ਦੀ ਸੂਚਨਾ ਮਿਲਣ ਤੇ ਸਵੇਰੇ ਪੁਲਿਸ ਦੀ ਟੀਮ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ। ਰਾਤ ਕਰੀਬ 2:30 ਵਜੇ ਦੇ ਦੋਨੋਂ ਗੱਡੀਆਂ ਆਮਣੇ ਸਾਹਮਣੇ ਭਿੜੀਆਂ ਤੇ ਡਰਾਈਵਰ ਦੇ ਚੋਟ ਆਈ ਹੈ, ਉਹਨੂੰ ਰੈਫਰ ਕਰਤਾ ਫਰੀਦਕੋਟ ਦਾ। ਸਟੇਟਮੈਂਟ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ ਵੀ ਕੀ ਕਿਵੇਂ ਹੋਇਆ। ਦੋਨੋਂ ਗੱਡੀ, ਇੱਕ ਗੱਡੀ ਭਰੀ ਵੀ ਸੀ ਖਾਦ ਦੀ, ਉਹ ਪਲਟ ਗਈ ਹੈ, ਦੂਜੀ ਉਸ ਪਾਸੇ ਜਾ ਪਈ ਥੱਲੇ। ਜਿਹੜੀ ਗੱਡੀ ਭਰੀ ਵੀ ਹੈ ਇਹ ਹਨੂੰਮਾਨਗੜ੍ਹ ਤੋਂ ਆ ਰਹੀ ਸੀ, ਜੋ ਖਾਲੀ ਟਰਾਲਾ ਵਿੱਚ ਵੱਜਿਆ ਉਹ ਹਬੋਰ ਤੋਂ ਹਨੂੰਮਾਨਗੜ੍ਹ ਜਾ ਰਿਹਾ ਸੀਗਾ। ਇੱਕ ਡਰਾਈਵਰ ਹੀ ਹੈ ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਫਿਰੋਜ਼ਪੁਰ ਲਿਖਿਆ ਐਡਰੈਸ। ਸਾਡੇ ਕੋਲ ਇੱਕ ਜਸਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਮਰੀਜ਼ ਆਏ ਸੀ, ਦੋ ਟਰੱਕ ਦਾ ਐਕਸੀਡੈਂਟ ਹੋਇਆ ਸੀ ਅਤੇ ਅਸੀਂ ਇੱਥੇ ਇਹਨਾਂ ਦਾ ਇਲਾਜ ਕਰਕੇ ਫਰੀਦਕੋਟ ਰੈਫਰ ਕਰਤਾ।